बिना तेरी रजा विच सारी कायनात चलदी नहीं जिंदगी भरोसा यारो एक पल दी लाल मिलदे करोड़ी नाही लखी मालका मेगा मेर दी ग्राउंडा उते रखी मालका इधर कहते चरण लखारी आया है कि मैनू फेर दुबारे बापू गल्लां दस लाहौर दियां ते साडा साहब आया है कि साहब नू छुपाउण वालियो ओ कदे सूरज ते चादरां नहीं पैंदियां लो कबड्डी शुरू हुई है चरण जी स्वागत है अज साडे साहब जी आए है चरण लखारी जी आए हुए है दिलो धन्नवाद है मैच बहुत तगड़ा है लै रुपिंदर वीर आपां करिए गल्लबात खेड कबड्डी दी खिडारी कहिंदे जिले पटियाले तों पुज्जा मेरे पंजाबी वीरियो इस नौजवान कहते अर्शदीप सिंह नाम है इधर एक साडा अमरवीर पूला भरा भी कहते अज बड़ियां जिम्मेवारियां सांभी बैठा है पर यह दुगाल वाला लड्डू है एक बारी ताड़ियां जोरदार मार दो मेरे पंजाबी वीरियो एक पासे कहते अर्श दा कहते कन्नी लाई हुई है सुखमण दे वीर ने और दूजे पासे किंदर आओ लड्डू दी रेड बिट्टू दा चंडिया पर दूजे पासे सुखमण दा वीर रिंकू ढिलों जी ते बिंदा सरपंच जी साडे वीर ने बहुत वड्डा मान सम्मान पुजदा करदे आ धन्नवाद है उधर अजमेर न्यूजीलैंड ते बिपन आस्ट्रेलिया ते मिठू आस्ट्रेलिया वालों अर्श दे दो जफे होर होणगे ते गुरप्रीत वीर कहिंदा वी 1100 दित्ता जाणा है अज महापुरशां दे मेरे वीरो प्यार सदका जिहड़ी संगत विदेशां दे विचों वी पुज्जी है बाबा गुरबचन सिंह जी दा प्यार है मेरे वीरो बाबा दया सिंह जी दी मेहर है और सामने कहिंदे संतू नंगल दे कबड्डी कप दा इह बेस्ट रेडर इस वेले कबड्डी पा रिहा है इह काला कबड्डी पा रिहा है अमरीक चक माइक ते करगल कहिंदे काले वी कबड्डी पा रही है खेड दे मैदान दे विच मेरे मित्र इह कहिंदे ओही टीम है जिन्होंने श्री आनंदपुर साहब दी धरती ते ਉਹ ਬੱਲੇ ਬੱਲੇ ਕਰਵਾਈ ਹੈ ਅਰਸ਼ ਚੋਲੇ ਵਾਲਾ ਉਹ ਕੱਠ ਵੱਡਾ ਉਹ ਦੁਨੀਆ ਦੂਰ ਦਰਾਡੇ ਉੱਪਰ ਪੁੱਜੀ ਹੋਈ ਹੈ ਹਾਲੇ ਵੀ ਸੜਕਾਂ ਇਹ ਭਰੀਆਂ ਹੁੰਦੀਆਂ ਇਹ ਕਹਿੰਦੇ ਬਾਪੂ ਦਇਆ ਸਿੰਘ ਜੀ ਦੀ ਮਿਹਰ ਹੈ ਬਾਬਾ ਗੁਰਬਚਨ ਸਿੰਘ ਜੀਆਂ ਦੇ ਇਹ ਵੱਡੇ ਆਸ਼ੀਰਵਾਦ ਹੈ ਬਾਬਾ ਕਰਨਵੀਰ ਸਿੰਘ ਜੀਆਂ ਦੀ ਇਹ ਵੱਡੀ ਕਿਰਪਾ ਹੈ ਉਹ ਸੰਗਤ ਦੂਰ ਦਰਾਡੇ ਆਈ ਹੋਈ ਹੈ ਉਹ ਬੱਲੇ 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 ਨਹੀਂ ਓਰੀਸਾ ਉਹ ਸਵਾਦ ਕਬੱਡੀ ਦਾ ਜੋਗੇਵਾਲ ਪਿੰਡ ਦਾ ਇਸ ਵੇਲੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਮੇਰੇ ਵੀਰਿਓ ਇਹਨੂੰ ਮਾਨ ਸਿੰਘ ਕਹਿੰਦੇ ਐ ਇਹਦਾ ਦੜਵਾ ਪਿੰਡ ਹੈ ਮੇਰੇ ਵੀਰਿਓ ਅੱਜ ਰਣ ਸਿੰਘ ਰਣੀਏ ਨੇ ਪੁੱਜਣਾ ਜ਼ਰੂਰ ਸੀ ਪਰ ਕਹਿੰਦੇ ਜ਼ਰੂਰੀ ਮੀਟਿੰਗ ਦਿੱਲੀ ਦੇ ਵਿੱਚ ਹੋਣ ਕਰਕੇ ਉਹ ਨਹੀਂ ਪੁੱਜ ਸਕਿਆ ਕਿਉਂਕਿ ਅਮਰਵੀਰ ਪੂਲੇ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਰਣ ਸਿੰਘ ਰਣੀਏ ਦਾ ਤੇ ਨਾਲ ਪਟਾਲ ਵਾਲੇ ਮੋਹਣੇ ਦਾ ਚੱਲ ਵੀ ਅੰਗਰੇਜ਼ ਪਾ ਵੀ ਗੱਭਰੂ ਆ ਕਬੱਡੀ ਵੱਡਾ ਇਕੱਠ ਹੈ ਕਹਿੰਦੇ ਵੱਡਾ ਖੇਡ ਮੇਲਾ ਮੇਰੇ ਵੀਰਿਓ ਇੱਕੋ ਸ਼ੋਅ ਮੈਚ ਤੇ ਕਹਿੰਦੇ ਹਜ਼ਾਰਾਂ ਦਾ ਇਕੱਠ ਹੈ ਔਰ ਚਾਰ ਜਾਫੀ ਕਹਿੰਦੇ ਇਹਨਾਂ ਚਾਰੇ ਜਾਫਿਆਂ ਨੇ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦੇ ਵਿੱਚ ਗੱਲਾਂ ਫੱਟੀਆਂ ਕਰਵਾਈਆਂ ਨੇ ਕਾਜੂ ਲੱਖੇ ਹੋਣਾ ਦੀ ਗੱਲ ਉਹ ਵਿਚਕਾਰ ਕਹਿੰਦੇ ਜੱਗੂ ਵੀ ਤਿਆਰ ਹੈ ਉਹ ਕਹਿੰਦੇ ਰਵੀ ਸਾਹੋ ਕਿਆ ਵਾਲਾ ਤਿਆਰ ਵਰ ਤਿਆਰ ਖੀਰਾ ਵਾਲੀਆਂ ਅੰਗਰੇਜ਼ ਔਰ ਦੂਜੇ ਪਾਸੇ ਮੋਗੇ ਜ਼ਿਲ੍ਹੇ ਦਾ ਸਾਹੋ ਕੇ ਪਿੰਡ ਧਰਦਾ ਧੌਣ ਤੇ ਹੱਥ ਤਾੜੀਆਂ 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 ਜ਼ੋਰਦਾਰ ਮਾਰ ਉਹ ਤਾੜੀ ਵੱਜ ਗਈ ਤਾੜੀ ਵੱਜ ਗਈ ਤਾੜੀ ਵੱਜ ਗਈ ਤਾੜੀ ਵੱਜ ਗਈ ਚੋਲੇ ਵਾਲਿਆ ਤਾੜੀ ਵੱਜੀ ਹੈ ਤੇ ਤਾੜੀ ਵਜਾਉਣੀ ਪੈਣੀ ਹੈ ਹੁਣ ਤਾੜੀ ਵਜਾਉਣੀ ਪੈਣੀ ਹੈ ਨਹੀਂ ਲੋਕਾਂ ਨੇ ਕਹਿਣਾ ਓਏ ਦਿੜਪੇ ਵਾਲੇ ਓਏ ਮਾਝੇ ਵਾਲਿਆਂ ਨੂੰ ਘਰੇ ਆ ਕੇ ਹਰਾ ਗਏ ਆ ਅੱਜ ਅਣਖਾਂ ਦੇ ਮਸਲੇ ਆ ਅੱਜ ਅਣਖਾਂ ਦੇ ਮਸਲੇ ਆ ਉਹ ਕਹਿੰਦੇ ਰੇਡ ਪਾਈ ਹੋਈ ਹੈ ਚਾਰ ਜਾਫੀ ਪਿਆਰ ਨੇ ਉਹ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜ਼ਮਾਨਾ ਅੱਜ ਖੜ ਖੜ ਕੇ ਤੌੜ ਖਿੱਚੂ ਕਿੱਟੇ ਡਬਲ ਟੱਚ ਦੇ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਲਓ ਕਹਿੰਦੇ ਸ਼ੀਰੇ ਨੂੰ ਜੱਫਾ ਲੱਗ ਗਿਆ ਆ ਕਹਿੰਦੇ ਗੱਗੀ ਹੈ ਇਹ ਕਬੱਡੀ ਦਾ ਹਮਰ ਆ ਇਹਨੇ ਟਰੈਕਟਰ ਜਿੱਤੇ ਆ ਲਓ ਗੱਗੀ ਦੀ ਕਬੱਡੀ ਪੈ ਰਹੀ ਹੈ ਦੀਪ ਸਿੰਘ ਗੱਗੀ ਖੀਰਾਵਾਲ ਪਿੰਡ ਦਾ ਨੌਜਵਾਨ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਹੈ ਭੂਰੀ ਆ ਮੇਰੇ ਵੀਰਿਓ ਫਤਿਹਗੜ੍ਹ ਛੰਨਾ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ ਮੇਰੇ ਵੀਰਿਓ ਬੜਾ ਮਸ਼ਹੂਰ ਕਰ ਦਿੱਤਾ ਪੱਟੂ ਦੇ ਵੀਰ ਦੀ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਚੁੱਕੀ ਹੈ ਜਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰਦਾ ਹੈ ਗੱਲ ਸਮੇਂ ਦੀ ਹੋਣੀ ਹੈ ਇੱਕ ਪਾਸੇ ਕਿੰਦਰ ਭਲਵਾਨ ਹੈ ਔਰ ਦੂਜੇ ਪਾਸੇ ਅਰਸ਼ ਡੀਟੀਓ ਹੈ ਵਿਚਕਾਰ ਕਹਿੰਦੇ ਉਹ ਅਣਖਾਂ ਵਾਲਾ ਫੇਰ ਸਾਹਮਣੇ ਵੇਖਦਾ ਵੀ ਪੁਆਇੰਟ ਜਿਹੜਾ ਹੈ ਛੰਨਾ ਵਾਲਾ ਭੂਰੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਪੁਆਇੰਟ ਇਸ ਵੇਲੇ ਧਾਵੀ ਦਾ ਹੈ ਕਿ ਕਿੱਥੋਂ ਚੰਗੀ ਸਰਕਾਰੇ ਤੈਨੂੰ ਕਹਿ ਦਈਏ ਉਹ ਸੁੱਖੀ ਲੋਪੋ ਕਿਵੇਂ ਚੁੱਪ ਕਰ ਬਹਿ ਜਾਈਏ ਸਾਡੀ ਚੜ੍ਹਦੀ ਜਵਾਨੀ ਲਾਤੀ ਚਿੱਟੇ ਤੇ ਪਿਓ ਦਾਦੇ ਲਾਈ ਰੱਖੇ ਆ ਸ਼ਰਾਬ ਤੇ ਦਿੱਲੀ ਬੋਰਡ ਪੰਜਾਬੀ ਭਾਸ਼ਾ ਮਾਰਤੀ
ਹੁਣ ਅੱਖ ਰੱਖੀ ਬੈਠੇ ਹੋ ਪੰਜਾਬ ਤੇ ਹੁਣ ਅੱਖ ਰੱਖੀ ਬੈਠੇ ਹੋ ਪੰਜਾਬ ਤੇ ਆਓ ਕਹਿੰਦੇ ਲੱਡੂ ਰੇਡ ਭਾ ਰਿਹਾ ਹੈ ਇਹ ਬਿੱਟੂ ਦਾ ਵੀਰ ਹੈ ਇਹ ਬਗੌਲ ਤੋਂ ਚੱਲ ਕੇ ਆਇਆ ਹੈ ਕਿ ਪੈਂਡੇ ਤੂੰ ਦੂਰ ਪਿਸ਼ੌਰਾ ਦੇ ਬੜੀ ਦੂਰ ਦੂਰ ਤੋਂ ਚੱਲ ਕੇ ਆਇਆ ਹੈ ਉਧਰ ਨਿਗਾਹ ਪਈ ਹੈ ਕਹਿੰਦੇ ਕੈਨੇਡੀਅਨ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਦੀਦਾਰ ਗਿੱਲ ਬੈਠਾ ਵੀਰ ਸਾਡਾ ਜ਼ਿੰਦਗੀ ਦਾ ਮਾਣ ਹੈ ਦਿਲੋਂ ਧੰਨਵਾਦ ਹੈ ਸੁਰਜੀਤ ਭੁੱਲਰ ਬੈਠਾ ਅਖਾੜਿਆਂ ਦਾ ਬਾਦਸ਼ਾਹ ਆਓ ਦਿਲੋਂ ਧੰਨਵਾਦ ਹੈ ਵੱਡੇ ਵੀਰ ਸੁਰਜੀਤ ਭੁੱਲਰ ਕੱਲੇ ਮਾਝੇ ਦੀ ਨਹੀਂ ਪੰਜਾਬ ਦੀ ਸ਼ਾਨ ਹੈ ਦੀਦਾਰ ਨੇ ਕਹਿੰਦੇ ਢਿੱਡੀ ਪੀੜਾਂ ਪਾਈਆਂ ਲੋਕਾਂ ਦੇ ਇੱਧਰ ਚਰਨੋਣੀ ਬੈਠੇ ਆ ਉੱਧਰ ਸਾਹ ਬੈਠਾ ਇੱਧਰ ਭੱਲੇ ਭੱਲੇ ਹੋ ਗਈ ਮਿੱਤਰੋ ਪਰ ਇਹਦਾ ਨਾਂ ਕਹਿੰਦੇ ਜੱਗੂ ਹੈ ਇਹ ਮਾਨਸਾ ਤੋਂ ਚੱਲ ਕੇ ਆਇਆ ਇਹ ਤੂੰ ਦਵਰਜੀ ਵਾਲਾ ਵਾਹ ਦਵਰਜੀ ਵਾਲਿਆ ਐਨ ਸਵਾਦ ਲਿਆ ਦਿੱਤਾ ਮੇਰੇ ਵੀਰੋ ਜੇ ਮੈਚ ਵਧੀਆ ਲੱਗ ਰਿਹਾ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ ਮੇਰੇ ਵੀਰ ਸਾਰੀ ਸੰਗਤ ਖੁਸ਼ ਹੈ ਮਹਾਂਪੁਰਸ਼ਾਂ ਨੇ ਕਹਿੰਦੇ ਵੱਡੀ ਮੇਰੇ ਵੀਰੋ ਮਿਹਨਤ ਕੀਤੀ ਆ ਸਾਰੀ ਸੰਗਤ ਦੇ ਨਾਲ ਰਲ ਕੇ ਆਹ ਮੇਲਾ ਕਰਵਾਉਣ ਦੇ ਲਈ ਆਹ ਜੋੜ ਮੇਲਾ ਕਰਵਾਉਣ ਦੇ ਲਈ ਇੱਕ ਪਾਸੇ ਕਹਿੰਦੇ ਮੁੰਡਾ ਕਾਲਾ ਧੂਰ ਕੋਟੀਆ ਔਰ ਦੂਜੇ ਪਾਸੇ ਅਰਸ਼ ਮੈਨੂੰ ਲੱਗਦਾ ਵੀ ਜੱਫੇ ਜਿਹੜੇ ਹੈ ਅਮਰੀਕ ਸਿੰਘ ਉਹ ਬਰਾਬਰ ਨੇ ਕੈਰੋ ਵਾਲਾ ਗੋਪੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਉਧਰ ਪ੍ਰਵੀਨ ਮਲਵਈ ਕੈਨੇਡਾ ਤੋਂ ਗੁਰਪ੍ਰੀਤ ਕੈਨੇਡਾ ਕਾਰਵਿੰਦਰ ਕੱਦੂ ਯੂਐਸਏ ਸ਼ੇਰਾ ਸਰਪੰਚ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਬਿੰਦਾ ਸਾਡਾ ਵੀਰ ਪੁੱਛਰਾਂ ਵਾਲਾ ਉਹ ਵੀ ਚੇਚੇ ਤੌਰ ਤੇ ਪੁੱਜਾ ਹੋਇਆ ਧੰਨਵਾਦ ਹੈ ਆਓ ਗੋਪੀ ਦੀ ਰੇਡ ਚਾਰ ਜਾਫੀ ਇੱਕ ਪਾਸੇ ਕਹਿੰਦੇ ਬੱਬੂ ਝਨੇੜੀ ਹੈ ਔਰ ਦੂਜੇ ਪਾਸੇ ਗੋਪੀ ਕੈਰੋਂ ਤੇ ਪੁਆਇੰਟ ਜਿਹੜਾ ਹੈ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਮਾਨ ਸਿੰਘ ਦੁਲਟ ਅਗਲੀ ਕਬੱਡੀ ਪਾ ਰਿਹਾ ਮਾਨ ਸਿੰਘ ਕਹਿੰਦੇ ਦੁਲੜ ਦੀ ਕਬੱਡੀ ਆਇਆ ਹੋਇਆ ਮੇਰੇ ਵੀਰੋ ਬਿੱਟੂ ਚੀਮਾ ਵੀ ਪ੍ਰਸਿੱਧ ਗੀਤਕਾਰ ਬਿੱਟੂ ਚੀਮਾ ਵੀ ਕਹਿੰਦੇ ਆਇਆ ਹੋਇਆ ਮੈਂ ਯਾਰੀ ਤੋੜ ਦੇਣੀ ਗੱਲਾਂ ਦੁਨੀਆ ਭਰ ਦੇ ਵਿੱਚ ਚੱਲੀਆਂ ਕਲਮ ਦੇ ਨਾਲ ਕਹਿੰਦੇ ਸੁਰਜੀਤ ਬਾਈ ਨੇ ਇਨਸਾਫ ਵੀ ਕੀਤਾ ਸੁਰਜੀਤ ਭੁੱਲਰ ਜਿਨ੍ਹਾਂ ਦਾ ਚੇਲਾ ਪਿੰਡ ਹੈ ਬਿੱਟੂ ਚੀਮਾ ਜੀ ਆਏ ਹੋਏ ਆ ਸਾਹ ਬੈਠਾ ਪਨਗੋਟੇ ਵਾਲਾ ਚਰਨ ਲਖਾਰੀ ਜੀ ਬੈਠੇ ਆ ਪਹਿਲਵਾਨ ਕਰਤਾਰ ਸਿੰਘ ਜੀ ਆਓ ਕਹਿੰਦੇ ਸਟੇਜ ਦੀ ਸ਼ਾਨ ਚ ਹੋਰ ਵਾਧਾ ਹੋਇਆ ਉਧਰ ਗੁਰਮਿੰਦਰ ਜੀਰਾ ਜੀ ਤੇ ਦੀਦਾਰ ਗਿੱਲ ਸਾਡੀ ਜ਼ਿੰਦਗੀ ਦਾ ਮਾਣ ਸਾਡੇ ਵੀਰ ਆਓ ਧਰਮਿੰਦਰ ਭਲਵਾਨ ਬੈਠਾ ਆਓ ਕਹਿੰਦੇ ਨਾਲ ਸਾਡੀ ਜ਼ਿੰਦਗੀ ਦਾ ਮਾਣ ਪਿੰਡ ਤੇ ਦੁਬਲੀ ਆ ਗੱਲ ਕਰਾਂਗੇ ਜ਼ਰੂਰ ਪਰ ਇੱਧਰ ਗਗਨ ਕਿਵੇਂ ਵਾਪਸ ਚਲਾ ਗਿਆ ਜੋਗੇ ਵਾਲੀ ਆ ਗਗਨ ਪੁਆਇੰਟ ਲੈ ਕੇ ਵਾਪਸ ਗਿਆ ਸ਼ੀਰਾ ਚੱਕ ਅਲੀ ਸ਼ੇਰ ਵਾਲਾ ਮੇਰੇ ਵੀਰੇ ਖੇਡਦਾ ਸੇਵਾ ਸਿੰਘ ਰਾਣੇ ਦੀ ਖੇਡ ਕਲੱਬ ਦੇ ਲਈ ਲੈ ਵੀ ਅਰਸ਼ ਅਜਮੇਰ ਨਿਊਜ਼ੀਲੈਂਡ ਪਿੱਪਨ ਹੋਣੀ ਮਿੱਠੂ ਹੋਣੀ ਆਸਟ੍ਰੇਲੀਆ ਤੋਂ ਕਹਿੰਦੇ ਵੀ ਦੋ ਜੱਫੇ ਹੋਰ ਲਾ ਦੇ 1100 ਦਾ ਮਾਨ ਸਨਮਾਨ ਹੋਣਾ ਪਰ ਜ਼ਿਲ੍ਹੇ ਬਠਿੰਡੇ ਦਾ ਨਹੀਂ ਮਾਨਸਾ ਦੀ ਧਰਤੀ ਦਾ ਇਹ ਨੌਜਵਾਨ ਮੇਰੇ ਵੀਰੇ ਸ਼ੀਰਾ ਚੱਕ ਅਲੀ ਸ਼ੇਰ ਵਾਲਾ ਦਿੜਵੇ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਦਿੜਵੇ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਬਹੁਤ ਹੀ ਸਿਰੇ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਦੁਨੀਆ ਆਨੰਦ ਮਾਣ ਰਹੀ ਹੈ ਮਹਾਂਪੁਰਸ਼ਾਂ ਦੀ ਬਰਸੀ ਹੈ ਸਟੇਜ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਮੇਰੇ ਵੀਰੋ ਬਰਾਜਮਾਨ ਨੇ ਸਿੱਖ ਜਗਤ ਦੀਆਂ ਕਹਿੰਦੇ ਮਹਾਨ ਸ਼ਖਸੀਅਤਾਂ ਬਰਾਜਮਾਨ ਆਓ ਸਾਹਮਣੇ ਕਹਿੰਦੇ ਸੰਗਰੂਰ ਜ਼ਿਲ੍ਹਾ ਕਿ ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਨਹੀਂ ਕਸੂਰ ਪਰ ਖੀਰਾਂ ਵਾਲੀ ਅੰਗਰੇਜ਼ ਕਪੂਰਥਲੇ ਦੀ ਧਰਤੀ ਦਾ ਨੌਜਵਾਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਓ ਸਾਹਮਣੇ ਕਹਿੰਦੇ ਭੂਰੀ ਦੀ ਕਬੱਡੀ ਪੈ ਰਹੀ ਹੈ ਇਹ ਫਤਿਹਗੜ੍ਹ ਛੰਨਾ ਦੀ ਧਰਤੀ ਤੋਂ ਚੱਲ ਕੇ ਆਇਆ ਹੈ ਇਹਦਾ ਕਹਿੰਦੇ ਜ਼ਿਲ੍ਹਾ ਬਰਨਾਲਾ ਮੇਰੇ ਮਿੱਤਰੋ ਇਹ ਆਨੰਦਪੁਰ ਸਾਹਿਬ ਦੀ ਧਰਤੀ ਇਹ ਚੈਂਪੀਅਨਸ਼ਿਪ ਦਾ ਬੈਸਟ ਹੈ ਜਿਹਨੇ ਹੁਣ ਕਬੱਡੀ ਪਾਈ ਹੋਈ ਹੈ ਆਓ ਕਹਿੰਦੇ ਸਾਹਮਣੇ ਜਾਫੀ ਸਿਰੇ ਦਾ ਆਓ ਗਿੰਬਰ ਦਾ ਕਹਿੰਦੇ ਭੂਰੇ ਪਿੰਡ ਹੈ ਆਓ ਭੂਰਿਆਂ ਵਾਲੇ ਨੇ ਕਹਿੰਦੇ ਭੂਰੀ ਫੜ ਲਿਆ ਆਓ ਭੂਰਿਆਂ ਵਾਲੇ ਨੇ ਆਓ ਭੂਰਿਆਂ ਵਾਲੇ ਨੇ ਭੂਰੀ ਫੜ ਲਿਆ ਤੇ ਇੱਧਰ ਵਿਪਨ ਹੋਣੀ ਤੇ ਨਾਲ ਮਿੱਠੂ ਅਜਮੇਰ ਨਿਊਜ਼ੀਲੈਂਡ ਹੋਣੀ ਕਹਿੰਦੇ ਵੀ ਗੱਗੀ ਦੀਆਂ ਤਿੰਨ ਰੇਡਾਂ 1100 ਦੀਆਂ ਮੇਰੇ ਵੀਰੋ 1100 ਦੀ ਕਹਿੰਦੇ ਪਹਿਲੀ ਰੇਡ ਪੈ ਚੁੱਕੀ ਹੈ ਖੀਰਾਵਾਲ ਪਿੰਡ ਏ ਅਮਰੀਕੋ ਨੀ ਕਹਿੰਦਾ ਜਿੰਦੇ ਕੁੰਡੇ ਲਾ ਲੋ ਪਰ ਇਹਨੂੰ ਕਹਿੰਦੇ ਵੀ ਕੁੰਡੇ ਕੁੰਡੇ ਪਾ ਲੋ ਇਹਨੂੰ ਕੁੰਡੇ ਕੁੰਡੇ ਪਾ ਕੇ ਰੋਕਣਾ ਪੈਣਾ ਇਹਨਾਂ ਨੂੰ ਸਮਝਾ ਦੇ ਅੱਜ ਤਾਂ ਸਾਰੀ ਰਾਤ ਹੀ ਗੱਲਾਂ ਪਾ ਦੂਗਾ ਆਓ ਸਾਹਮਣੇ ਕਹਿੰਦੇ ਬਿੱਟੂ ਦੀ ਰੇਡ ਆਓ ਬਿੱਟੂ ਦੀ ਯਾਦ ਆਉਂਦੀ ਹੈ ਲੱਡੂ ਜਦੋਂ ਰੇਡ ਪਾਉਂਦਾ ਇੱਧਰ ਲੱਡੂ ਕਬੱਡੀ ਪਾ ਰਿਹਾ ਹੈ ਨੰਬਰ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਆ ਚੰਬੇ ਵਾਲੇ ਸਰਪੰਚਾਂ ਦਾ ਮੁੰਡਾ ਇਹ ਦਾਤਾ ਤੇ ਭਗਤ ਸੂਰਮਾ ਜਿਉਂਦੇ ਜੱਗ ਰਹਿੰਦੇ ਨੇ ਮੜੀਆਂ ਤੇ ਮੇਲੇ ਲੱਗਦੇ ਦੁਨੀਆਂ ਦੇ ਵਿੱਚ ਗੱਲਾਂ ਹੁੰਦੀਆਂ ਮੇਰੇ ਵੀਰੋ ਲੋਕੀ ਨਾ ਲੈਂਦੇ ਨੇ ਲੋਕੀ ਨਾ ਲੈਂਦੇ ਨੇ ਅੱਜ ਸਲਾਨਾ ਜੋੜ ਮੇਲਾ ਮੇਰੇ ਵੀਰੋ ਇਸ ਧਰਤੀ ਤੇ ਗੁਰਦੁਆਰਾ ਤਪ ਸਥਾਨ ਸਾਹਿਬ ਭਵਰਾਂ
इत्थे मनाया जा रहा है महापुरशां दे बहुत वड्डे आशीर्वाद ने बाबा दयाल सिंह जी दे। आओ सामने एक पासे जग्गू और दूजे पासे रेशम 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 बाहो रेशम पर भी कालिया पा भी गभरूआ कबड्डी के विच मैदाने गभरू बढ़ गए सिरा हो गया मैच भी अड़ गए लोपो वाले सुखी चोबर खुलियां खुराकां खांदे हिंड भुगदी जोरां दी जिते मैच यरत नाल जांदे हिंड भुगदी जोरां दी जिते मैच यरत नाल जांदे जिते मैच यरत नाल जांदे। आ मैच नूं कौन जितदा गल समय दी मेरे पंजाबी वीरियो और सामने वेखदा वी पॉइंट जिहड़ा रेडर दा लाओ दीप आ गया कहिंदे दबुरजी वाला है इह नौजवान कहिंदे न्यूजीलैंड दे पापा टोए टोए दे विच पापा मोए दे विच इह ट्रंगे दे विच इह कहिंदे ऑकलैंड दे विच बहुत सोहणा खेडिया है आओ दीप दबुरजी वाला ते दूजे पासे काजू नाम है रणी के पिंड आओ गल्लां संगरूर दीआं चलीआं ने मान सिंह तुल टिस वेले तिड़पे वाला कबड्डी पा रिहा है कि नागियां ने कदों भलवान रचदे मित्रों जहाजा लूनी रोड़े बज दे कदे ना पड़ाकू मूरे अड़े डिगरी ते चोरा मूरे अड़दे नी जिंदे सोनिया मावा भी जो छाती विच मिलदी बलेरी ओ पैकटां दे दुद्ध कदों दिंदे सोनिया ओ पैकटां दे दुद्ध किथे दिंदे सोनिया। और सामने अगली कबड्डी गोपी दी इस वेले खेड मैदान दे विच पै चुकी है शाम संधूरी हो चुकी है बड़ा शो मैच खेडा जा रहा है हजारां दी गिणती दे विच कट है माझे दी धरती है आओ कहिंदे मालवे दी धरती तों पुज्जा होया जग्गू करदा कोशिश मारदा कैंची पर पॉइंट जिहड़ा कैरो वाला गोपी अपनी टीम दे लई जोड़दा होया पॉइंट इस वेले रेडर दे हिस्से जा जुड़िया है। इधर साडा वीर अमरवीर पूला है साडी जिंदगी दा पर मित्र है कि सानू फकर दोस्तां ते साडी होण यारी दे चर्चे राजे खेले सौ रब दी सच्चे यार नहीं जांदे परखे अमरवीर जिंदगी दा माण है उधर कहिंदे अर्श पूलियां वाले दे लई ओ दुनिया दिलो दवावां करदी है इधर कहिंदे अली शेर पिंड है जिहड़े पिंड दे मनमीत नूं आस्ट्रेलिया दे विच बस दे विच इक गोरे ने तियाब पा के जिउंदा छड्डता सीगा ते अदालत दे विच फैसले की होए भी उह गोरा पागल है उहनूं उन्नी सजा भी नहीं होई ते जे साडे हुंदे ते गल्लां होर होणियां सन क्योंकि सानू साडिआं ने मारिआ है सानू साडिआं ने मारिआ है। और रेड कहिंदे पै गई मेरे मित्रो इधर कौण है ये कहिंदे गगन चोके वाला पिंड है जिला फिरोजपुर फिरोजपुरिया फिरोजपुर मोगा बठिंडा बरनाला संगरूर मानसा इधर तरन तरन अमृतसर साहब गुरदासपुर की धरती जलंधर कपूरथला मेरे वीर रोपड़ रंगला पंजाब बन जाता है। अमरीक अज के दिन पंजाब दिवस जिहड़ा मनाया जा रहा है उहदियां भी मुबारकबाद है आओ अमृत औलखां वाला पर दूजे पासे भूरी छन्ना वाला भूरी नौजवान गभरू पॉइंट लैके वापस जाता हुआ अपनी टीम दे लई सलाना जोड़ मेले ते पुज्जियां होईयां जिन्नियां भी संगतां ने महापुरशां वल्लों सारियां संगतां दा चलिया होया एक एक कदम सिर मत्थे है जीआं नूं आख्या जा रहा है मेरे वीरो बाबा बिधी चंद जी साहब श्री गुरु हरगोबिंद साहब महाराज बाबा दया सिंह जी महाराज मेरे वीरो सारिआं दीआं मनोकामना जिहड़ियां पूरीआं करन और एक अरदास जिहड़ी जरूर इस रंगले पंजाब दे लई अगे आपां अपने लई मंगदे हां पर अज आपां इस गुरु घर दे विच खड़ के अपना रंगले पंजाब दी सुख मंगणी है मेरे वीरो क्योंकि जिहड़ियां एजेंसियां ने जिहड़ियां सरकारां ने ओह पंजाब नूं रोलना चाहुंदियां ने पर पंजाब गुरां दी किरपा दे नाल वसदा है पंजाब गुरां दी किरपा दे नाल वसदा है पंजाब गुरां दी किरपा दे नाल वसदा है। आओ सामने कहिंदे गग्गी रेड पा रहा है इहनूं जां दो पै जाओ जां पासिआं ते कुंडे लवा लो इह गग्गी है गग्गी है इत्थे तां डिग डुग के ही पहुंच जांदा है। आओ कहिंदे काले भी कबड्डी पै रही है लै वी रुपिंदर उधर धर्मिंदर भी आया इह धर्मिंदर ओह नहीं जिहड़ा बसंती पिछे शोले फिल्म च टैंकी ते चढ़िया फिरदा सी इह धर्मिंदर पहलवान है इह भरा है साडा आओ दिलो धर्मिंदर दे लई जिन्हें बड़े बड़े चित कीते आ नाल कहिंदे बैठा है साडी जिंदगी दा मान भाला भलवान आया होया रेड पै गई ते बोल वीर ने हरदीप भलवान जी साडे वीर ने बड़े मान सम्मान पुजदे करदे आ उधर पहलवान करतार सिंह जी भी पुजे होए आ केसुर सिंह पिंड भलवाना दा सूरवीर जवाना दा ओह भी स्टेज ते विराजमान ने महापुरशां दे नाल आ दबुरजी वाला दीप है आओ सामने चार ने एक पासे रवि साहो के और दूजे पासे जग्गू पर कहिंदे नौजवान ने हल्का जिहा टच कीता है कि जोश होश तकनीक दी अजकल खेड कबड्डी भी निरे जोर वाले नूं जाफी ढाही जांदे ने तेज निगाहां वर्गी हुंदी जिहड़े रेडरां दी पता नहीं लगदा किहड़े वेले हथ लाही जांदे ने
लंघियाणिया योध्या ये तन चार जवानी दे जेडे साभ लैंदे ओ गबरू शाही जांदे ने बाकी जेडे जवानी साभ लैंदे है जिन्हां ने 16वां 17वां साल जवानी दे पहरा दे के साभ लिया ना उन्हां नूं पिछे मुड़ के देखण दी लोड़ नहीं है। इधर गोपी दी कबड्डी पै रही है, उधर अजमेर न्यूजीलैंड, हैरी न्यूजीलैंड, विपन आस्ट्रेलिया ते मिठू आस्ट्रेलिया। ओ वीर कहंदे आ भी गिंबर भूरे दे तीन जफे 1100 दे होणगे, बड़ा प्यार दिता जाएगा साडे वीरां वालों। कोई आस्ट्रेलिया तो है, कोई न्यूजीलैंड तो है। इधर कैरो वाला गोपी आओ ध्याने ने फड़ लिया, रिपेम्बर कर गल ध्यान मेरे वीरो दिड़वे की धरती का। लै भी अमरीक अज रण सिंह रणीए ने पुजना सी पर जरूरी मीटिंग जी प्रो लीग की दिल्ली दे विच होण करके वह नौजवान नहीं पुज सकिया। माफी चाहते हैं संगत तो, दुग्गा वाले खुशी दे गोडे ते सट लगन होण करके वह नौजवान नहीं पुज सकिया क्योंकि खिडारी आ मेरे वीरो खेड मैदान अक्सर जिहड़ियां सट्टां लग जांदियां पर मैच सिरे दा खेडा जा रहा है। शीरा चक ली शेर वाला पॉइंट लैके वापस गया। चल भी नौजवान है कि जोर मंग के दसवें पातशाह तो थापी मार के मुदकर चुक लेना और राजे खेले सिदक पंजाबियां दे मिट्टी लगन नहीं देनी ते मेला लुट लेना, मिट्टी लगन नहीं देनी ते मेला लुट लेना। हुण सरदार मेला लुटू के नहीं, आ जोगे वाले दी धरती दा गगन है। आओ सामने कहदे मोगे वाला ते जोगे वाला, एक पासे मोगे दा साह होके और दूजे पासे फिरोजपुर दा जोगे वाला। जे मैच वधिया लग रहा एक बारी ताड़ियां जोरदार मार दो मेरे पंजाबी वीरो। संगत खुश है, संगत खुश, रब खुश मेरे वीरो। आओ पूरी शन्ना दी रेड, आओ पूरी भी कहते कबड्डी पै रही है खेड के मैदान के विच। फतेहगढ़ शन्ना भी धरती है, जिला बरनाला कहते दूर दूर तक गल्लां करवाती मुंडिया ने। इधर जज वीर बैठा वीर साडा, पर उधर कहते डबल टच दे संदीप का फैसला नंबर रेडर के हिस्से जुड़ता है। सुरजीत भुल्लर जी चेले पिंड जंपल ने ते पूरी दुनिया के कहते नाम माझे की धरती का ते पूरे परंगले पंजाब का मेरे वीरो जिहड़ा चमकाया है। भुल्लर साहब तुहाडा भेजा होया मान सन्मान साडे लई बहुत वड्डी गल है। सुरजीत भुल्लर जी साडे लई बहुत वड्डा मान सत्कार पुजदा करदे है, बहुत बहुत धन्नवाद। आओ अंग्रेज इस वेले कबड्डी पा रहा है, चार जग्गू ते अंग्रेज भाओ गबरू अंग्रेज खीरां वालिया मार डंड ते चक्कण वेट वजे किसे दे ना सट फेट टौलियां ते पवौन टैटू चीते शेर मालका खेड कौडी उत्ते रखी सदा मेर मालका, खेड कौडी उत्ते रखी सदा मेर मालका। लो लड्डू दी कहंदे कबड्डी पै रही है, लड्डू इस वेले दुकाल पिंड दा गल्लां कहंदे जिले पटियाले दियां गल्लां संगरूर दियां गल्लां बरनाले दियां। आ कहंदे भूरिया वाला गिंदर है मेरे मित्र जिन्हें ट्राई कीती है। लो खीरा वाली पिंड दा गग्गी कबड्डी पाउण दे लई पदिया होया है, एक पासे जिला मानसा दा नाल कहंदे जिले मोगे दा मेरे मित्र ते दोवां कहंदे ਗਰੂਰ ਦੇ ਉਹ ਰੌਣਕਾਂ ਕਹਿੰਦੇ ਤਰਨ ਤਰਨ ਦੇ ਵਿੱਚ ਲੱਗੀਆਂ ਉਹ ਧਰਤੀ ਸੁਰ ਸਿੰਘ ਜੀਆਂ ਦੀ ਆ ਆਸ਼ੀਰਵਾਦ ਬਾਬਾ ਦਇਆ ਸਿੰਘ ਜੀਆਂ ਦੇ ਆ ਉਹ ਬੱਲੇ 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 ਉਹ ਨਹੀਂ ਉਰੀ ਸੋ ਮੈਂ ਪਹਿਲਾਂ ਆਖਿਆ ਸੀ ਵੀ ਕੁੰਡੇ ਕੁੰਡੇ ਪਾ ਲਓ ਜੇ ਮੇਰੇ ਵੀਰੋ ਗੱਗੀ ਫੜਨਾ ਭਾਓ ਗੱਗੀ ਪਰ ਰਵੀ ਨੇ ਵੀ ਕਹਿੰਦੇ ਪੂਰਾ ਜ਼ੋਰ ਲਾਇਆ ਔਰ ਅਗਲੀ ਰੇਡ ਕਾਲੇ ਦੀ ਮੇਰੇ ਵੀਰੋ ਕੇ ਬਾਜਾਂ ਵਾਲੇ ਦੇ ਆ ਸ਼ੇਰ ਯੋਧੇ ਸੂਰਮੇ ਦਲੇਰ फोका रोब नहीं किसी का असी सहना सिखिया असी चढ़ती कला दे विच रहना सिखिया असी चढ़ती कला दे विच रहना सिखिया। अज संगत चढ़ती कला दे विच है। आओ सामने एक पासे गिंदर भूरिया वाला मुंडे ने टर्न लई है पर साइड लैण की कोशिश कर रहा है पर काला 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 संतु नगल दे कबड्डी कप का यह बेस्ट रेडर। गग्गी दीआं तीन रेडां ते पैसे लगे सन, अजमेर सिंह जी न्यूजीलैंड, बिपन आस्ट्रेलिया ते मिठू आस्ट्रेलिया उन्हां वल्लों। साडे गुरप्रीत जी पत्रकार साहब इत्थे हैगे आ, उह साडे तक जरूर पुजदे कर देणगे, बड़े सत्कारयोग वीर ने। एक पासे नन्ना और दूजे पासे वीर जेड़े जेड़े अज भी सुखमन नूं प्यार करदे एक बारी ताड़ियां जोरदार मार के दसणगे। नहीं ओरी साहिब यार अमरीक इत्थे सारिया नहीं है, इत्थे रहना किसे ने नहीं, पर जेड़ा आ प्यार है जेड़ियां ताड़ियां एक किसे किसे नूं नसीब होंदियां, एक किसे कर्मा वाले नूं नसीब होंदियां। हो गईयां तीन कबड्डियां हो गईयां। लाओ सामने गोपी मेरे वीरो कैरों वाला कबड्डी पा रहा है,
कैरों का कप बड़ा मशहूर है। आओ सामने कहने एक पासे जगू है और दूजे पासे कैरों वाला। हुण एक जोर नाल के मूड़े हर के मूहरे हर के हौसला करके पुत्रे आसान सिंह तो फड़ के टिब्बी ला के हुंदा है वल किसे किसे नूं डिगण दा राजे खेले अड़ब पंजाबी जिगरा रख दे कौडी खेडण दा। आओ रेड़ कहिंदे शीरे दी पै रही है, ये कहिंदे अली शेर वाला है। आओ सामने मुंडा कहिंदे कबड्डी पा रहा है, इहने कहिंदे गड्डी जित्ती है कबड्डी दे विच, इह बड्डे वाला में नहीं मिलदे, इह घर खाणे पैंदे आ, इह मेहनतां करनियां पैंदियां, आओ टिब्बियां दीआं हिक्कां लपाड़नियां पैंदियां, नहर दी पटड़ी ते भजणा पैंदा, आओ रस्सियां ते चढ़ना पैंदा, ਉਹ ਬੋਰੀਆਂ ਨਚੋੜਨੀਆਂ ਪੈਂਦੀਆਂ। ਉਹ ਪੱਲੇ 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 ਵੱਖਰਾ ਸਵਾਦ। ਅੰਮ੍ਰਿਤ ਅੰਮ੍ਰਿਤ ਸ਼ੀਰਾ ਸ਼ੀਰਾ ਪੇ ਅੰਮ੍ਰਿਤ ਨਹੀਂ ਓਰੀ ਸਾ ਨੰਬਰ ਤੇ ਲੈ ਗਿਆ ਪਰ ਰੇਡੀਏਟਰ ਜੋ ਬੁਲਬਲੇ ਫੁੱਲਣ ਲਾਤੇ ਉਹਨੇ। ਹਾਫ ਟਾਈਮ ਲੈ ਵੀ ਪੁੱਲੇ ਸਨਮਾਨ ਅਮਰਵੀਰ ਕਰਨੇ ਆ ਸਨਮਾਨ। ਹਾਫ ਟਾਈਮ ਜਿਹੜਾ ਚੱਲਦੇ ਹੋਏ ਮੈਦਾ ਹੋ ਚੁੱਕਿਆ ਹੈ। ਹਾਫ ਟਾਈਮ ਤੱਕ ਦੇ ਸਕੋਰ 23 ਨੰਬਰ ਨੇ ਦੜਵੇ ਦੀ ਟੀਮ ਦੇ ਤੇ ਘਰਿਆਲੇ ਦੀ ਟੀਮ ਦੇ ਨੰਬਰ ਨੇ 26। ਤਿੰਨ ਸਾਢੇ ਤਿੰਨਾਂ ਪੁਆਇੰਟਾਂ ਦਾ ਫਰਕ। ਜੇ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ। ਬਹੁਤ ਤਕੜਾ ਮੈਚ ਹੈ ਰਪਿੰਦਰ, ਕੋਈ ਜ਼ਿਆਦਾ ਫਰਕ ਨਹੀਂ ਹੈ। ਗੱਗੀ ਦਾ 1100 ਰੁਪਇਆ ਜਿਹੜਾ ਲੈ ਲਿਓ, ਜੇ ਸਨਮਾਨ ਕਰਨੇ ਆ ਤਾਂ ਵੀ ਠੀਕ ਹੈ। ਤੇ ਆਪਾਂ ਅਮਰੀਕ 2 ਮਿੰਟ ਪੰਜਾਬ ਦੀ ਜਵਾਨੀ ਦੀ, ਪੰਜਾਬ ਦੀ ਕਿਸਾਨੀ ਦੀ, ਪੰਜਾਬ ਦੀਆਂ ਨਸਲਾਂ ਦੀ ਤੇ ਪੰਜਾਬ ਦੀਆਂ ਫਸਲਾਂ ਦੀ ਆਪਾਂ ਗੱਲ ਕਰ ਲਈਏ, ਕਿਉਂਕਿ ਅੱਜ ਜਿਹੜਾ ਹੈ ਸਮਾਂ ਉਹ ਕਿਸਾਨੀ ਸੰਘਰਸ਼ ਜਿਹੜਾ ਜ਼ੋਰਾਂ 'ਤੇ ਹੈ। ਸੋ ਦਿੱਲੀ ਨਾਲ ਆਪਣਾ ਧਰਤੀ ਧਰਤੀ ਮਾਂ ਜਿਹੜੀ ਹੈ ਉਹ ਸਾਡੇ ਕੋਲੇ ਰਵੇ, ਕਾਰਪੋਰੇਟ ਘਰਾਣੇ ਕਿਤੇ ਨਾ ਜਾਣ, ਤੇ ਅਸੀਂ ਪੰਜਾਬ ਦੇ ਵਿੱਚੋਂ ਹੀ ਬਹੁਤ ਕੁਝ ਪੈਦਾ ਕਰਕੇ ਜਿਹੜਾ ਆਪਣੇ ਪੰਜਾਬ ਦਾ ਪਾਲਣ ਪੋਸ਼ਣ ਕਰ ਸਕਦੇ ਹਾਂ। ਜਿੰਨਾ ਟਾਈਮ ਸਾਡੇ ਕੋਲੇ ਬਾਬਾ ਵਿਧੀ ਚੰਦ ਸ਼ੀਨਾ ਜੀ ਵਰਗਿਆਂ ਦਾ, ਚਾਹੇ ਬਾਬਾ ਦਿਆਲ ਸਿੰਘ ਜੀ ਵਰਗਿਆਂ ਦਾ ਆਸ਼ੀਰਵਾਦ ਹੈ ਇਸ ਧਰਤੀ ਨੂੰ ਮੇਰੇ ਵੀਰੇ, ਹੋਰ ਕਿੰਨੇ ਹੀ ਮਹਾਂਪੁਰਸ਼ ਵਲੀ ਯੋਧੇ ਹੋਏ ਨੇ ਉਹਨਾਂ ਦਾ ਆਸ਼ੀਰਵਾਦ ਹੈ। ਤੇ ਸਾਨੂੰ ਮੋਦੀ ਸ਼ੋਦੀਆਂ ਦੇ ਫੰਡਾਂ ਦੀ ਲੋੜ ਨਹੀਂ। ਅੱਜ ਪੰਜਾਬ ਦਿਵਸ ਹੈ। मैं सारे माझे वालों बेनती करदा, ਭੁੱਲਰ साहब अज पंजाबी पढ़ाउणी, अज पंजाबी पढ़नी ते पंजाबी लिखनी साडे पंजाबियों दे बच्चों के लिए बहुत जरूरी है। सो तुहाडा सारयां दा बहुत बहुत धन्नवाद है। तुसीं संघर्ष दे विच हिस्सा पा रहे हो और वध चढ़ के मेरे वीर जिहड़ा 5 तरीक नूं भी आपां सहयोग देणा है और जिहड़ा 26-27 तरीक नवंबर दी दिल्ली चलो दा किसान जथेबंदियां ने होका दिता है उत्थे वध चढ़ के आपां उत्थे मेरे वीरो योगदान पाउणा, उत्थे पुज्जणा है तां जो असीं सेंटर गौरमेंट नूं दस सकीए वी पंजाब सो उधर 2 मिनट ਸਾਰਿਆਂ ਨੂੰ ਮੈਂ, ਕਿਉਂਕਿ ਜਿਹੜੇ ਸਾਡੇ ਮਹਿਮਾਨ ਆਏ ਆ, ਮੈਂ ਪਹਿਲਾਂ ਬੇਨਤੀ ਕਰੂੰਗਾ ਭੁੱਲਰ ਸਾਹਿਬ ਨੂੰ, ਸੁਰਜੀਤ ਭੁੱਲਰ ਜੀ, ਸੁਰਜੀਤ ਭੁੱਲਰ ਦੇ ਨਾਂ 'ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰ। ਸੁਰਜੀਤ ਭੁੱਲਰ ਨੇ ਮਾਝੇ ਦੀ ਧਰਤੀ ਦਾ ਨਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ, ਬਹੁਤ ਸਤਿਕਾਰਯੋਗ ਵੀਰ ਨੇ। ਉਸ ਤੋਂ ਬਾਅਦ ਸਾਹਿਬ ਪਨਕੋਟਾ ਜੀ ਅਤੇ ਚਰਨ ਲਖਾਰੀ ਜੀ, ਬਿੱਟੂ ਚੀਮਾ ਜੀ, ਆਪਾਂ 2-2 ਮਿੰਟ ਦੇ ਲਈ ਹਾਜ਼ਰੀ ਜਿਹੜੀ ਸਾਰੇ ਭਰਾਵਾਂ ਦੀ ਇੱਥੇ ਲਵਾਵਾਂਗੇ। ਸੁਰਜੀਤ ਭੁੱਲਰ ਜੀ ਸਾਡੇ ਧੰਨ ਧੰਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਵੱਲੋਂ ਵਰਸਾਇਆ ਪਰਿਵਾਰ, ਧੰਨ ਧੰਨ ਬਾਬਾ ਸੋਹਣ ਸਿੰਘ ਜੀ, ਮਹਾਂਪੁਰਸ਼ ਬਾਬਾ ਦਇਆ ਸਿੰਘ ਜੀ, ਉਹਨਾਂ ਦੇ ਸਪੁੱਤਰ ਸੰਤ ਬਾਬਾ ਗੁਰਬਚਨ ਸਿੰਘ ਜੀ, ਉਹਨਾਂ ਵੱਲੋਂ ਜਿਹੜਾ ਮਹਾਨ ਇਹ ਜੋੜ ਮੇਲਾ ਕਰਾਇਆ ਜਾ ਰਿਹਾ ਕਬੱਡੀ ਦਾ। ਬਹੁਤ ਬਹੁਤ ਤੁਸੀਂ ਇਲਾਕੇ ਦੇ ਲੋਕ ਇਸ ਮੇਲੇ ਦੇ ਵਿੱਚ ਪਹੁੰਚ ਕੇ ਜਿਹੜਾ ਹਿੱਸਾ ਪਾਇਆ ਹੈ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਇਹ ਮੇਲੇ ਜਿਹੜੇ ਆ ਮਹਾਂਪੁਰਸ਼ਾਂ ਦੇ ਓਟ ਆਸਰੇ ਦੇ ਨਾਲ ਇੱਦਾਂ ਲੱਗਦੇ ਰਹਿਣ ਚੰਦ ਲੈਣ, ਕਿਉਂਕਿ ਮਹਾਂਪੁਰਸ਼ਾਂ ਨੇ ਹੁਕਮ ਲਾਇਆ ਸੀ ਅਤੇ ਅਸੀਂ ਆਏ ਹਾਂ। ਅਤੇ ਮੈਂ ਚੰਦ ਲੈਣਾ ਥੋੜ੍ਹੀ ਨਜ਼ਰ ਕਰਦਾ ਜੀ, ਸਾਡਾ
वीर उत्ते बैठा कुला गुरमुख बलेर सारे दे नाल लैन लगे ते एक पद्म श्री करतार सिंह जिन्हें एक बार नहीं अनेक बार जिहड़ा हिंदुस्तान अज सानू किसे खाते च नहीं गिणदा उहदा भी नाम रोशन किया है। पता नहीं किन्नी वारी सोने दे जिहड़े तमगे जित के उहदी झोली पाए। जोरदार ताड़ियां पद्म श्री करतार सिंह जी के नाँ ते महापुरशां दे नाँ ते। ते माहौल कुछ इहो जिहा कि धार्मिक गीत चंद लैना उस तो बाद तुसीं कबड्डी का आनंद माणो। मैं तुहाडे विच ज़्यादा चिर रह नहीं सकदा क्योंकि होर गीतकार आए सिंगर आए बिट्टू चीमा आया वा साहब पणगोटा आया चरण लखारी आया है ददार गिल आया है होर वीर आए ने किसी का नाम विसरजे तो उन्होंने माफ़ी। मैनू ए लगता भी जे मुंडा गाँवता तो मेरे ना वधिया गाँवना सी ऐसे वाले की आवाज़ ज़्यादा सोहनी लगी जाती सी। जिन्ना ये बोलता है जिन्नी ये कमेंटरी करता इन्ना बोलना बड़ा औखा वा। तो ये एक जोरदार ताड़ी मार दो सारे जने। समय की सरकार लई चंद लैना कहूँगा कि असी की किया सानू मिलिया की जिन्हां लई असी गोलियां खादियां हिका डाह के जिन्हां नूं आजादी दवाई है उस आजादी का तुसी किन्ना कि निघ माण रहे हो तुहानूं सारिआं नूं पता है। चंद क लैना उस तो बाद मैं तुहाडे सारिआं तो छुट्टी लऊंगा जी। हो साडी रोटी सानू हाकम खान क्यों दिंदे नहीं जिथे जाना चाहते सानू जान क्यों दिंदे नहीं। ओ हर मजलूम का दुख ते दर्द वंडाउंदे हुंदे सी। ओ हर मजलूम का ये उस सिख कौम की गल है उस पंजाब की गल है जिन्हें हिंदुस्तान लई बड़ा कुछ किया है। हर मजलूम का दुख ते दर्द वंडाउंदे हुंदे सी ओ पीड़ पराई अपनी झोली पाउंदे हुंदे सी। तां वी लोक लड़ाकू कह के सानू सद्दे ने ए अग बेगानी अपने घर नूं लाउंदे हुंदे सी। पहलां ही पंजाब दियां इन्हां किन्नियां वंडियां पाईआं ने अपने हत्थी चीज़ां कई असी आपे आप गवाईआं ने। ओ चार क चप्पे धरती बाकी पानी कोल पंजाबियां दे रल मिल के सरकारां ए वी मंडणे आईआं ने। इन्नी हाजरी कबूल करियो महापुरशां दा बहुत बहुत सत्कार। जिन्नियां महनाज हस्तियां इस स्टेज ते विराजमान ने सारिआं दा बहुत बहुत धन्नवाद। जिन्हां ने मेरे वर्गे तुशबुद्धी दे मालिक कलाकार नूं इत्थे सद्या सारिआं दा सत्कार। आईआं होईआं संगतां इलाका निवासी नौजवान साडे जिन्ने वी आ इको जांदा जांदा बेनती करूंगा कि जो खून दा नशा है उस नशे दे विच तुसीं बुलंद रहा करो नशे तो बचो। अपना पंजाब अगे बड़ा पिछे चल गया जिउंदे वसदे रहो। इदां ही कबड्डियां दे मेले वेखो कबड्डियां खेडदे रहो। धन्नवाद बहुत बहुत मेहरबानी बहुत बहुत धन्नवाद सुरजीत भुल्लर जी। बाबा करणवीर सिंह जी उन्हां वल्लों कहिंदे अरश दा हर एक जफा मैं रुपये नहीं कहूँगा आशीर्वाद कहूँगा 500 दा आशीर्वाद होवेगा नौजवाना। बाबा करणवीर सिंह जी उन्हां वल्लों इधर साडा वीर आया छोटा भरा सुखमन दा दोस्त पर सामने अगली रेड खीरां वालिया मेरे वीर अंग्रेज सिंह पाउण दे लई वाधा होया। उधर सारे साढ़े बुलारियां सॉरी लिखारियां दा जिहड़ा स्टेज ते सन्मान होवेगा महापुरशां वल्लों पर मैच सिरे दा खेडिया जा रहा है लाइव पूरी दुनिया देख रही है अंग्रेज खीरां वालिए दी रेड और रवि साहोके वाला रवि 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 ते अंग्रेज अंग्रेज नंबर लै गया अपनी टीम दे लई मेरे वीरों पॉइंट इसलिए जा जुड़िया। पर अगली कबड्डी कहिंदे काला धूर कोटिया 23 ते 26.5 पॉइंट सन हाफ टाइम तक दे मेरे वीरों पर फाइनल स्कोर की होवेगा शकरप्रिया फरियाद भी आन सेट दे विच खड़ गया। आओ दूजे पासे अर्श चोले वाला कट दा चलान मित्रो कट गया चलान ते बाबा करणवीर सिंह जी वल्लों 500 दे वड्डे सत्कार इस नौजवान दे लई है। लै भी अमरीक चक माइक दुपरजी वाला दीप आ गया इधर कहिंदे सभरावां वाला जोता भी दुनिया का महान कबड्डी खिडारी खेड मैदान दे विच है
गगन सभरावां वाले दे दादा जी पर अमरीक करी गल ना लाओ सामने कहते उस वे मान सिंह तुरंत कबड्डी पाउण दे लई वध आया 2 दिसंबर हो रही है कहते राइए ने बड़े कबड्डी कप दे युवराज चेयरमैन होड़ी अपने मित्रां नाल सुनेहे लैके पुजे आ वीर साढ़े 2 दिसंबर राइए का बड़ा मेला आओ कमाल हुंदी होई नंबर जिहड़ा इस वेले रेडर दे हिस्से जुड़दा होया है लै किंदरा पुठे करने पैणे आ ओए आए तां दिल्ली नहीं मननी ਇਹਨੇ ਕਿੱਥੇ ਮੰਨਣਾ ਉਹ ਪੁੱਠੇ ਕਰਨੇ ਪੈਣੇ ਆ ਲਓ ਗੋਪੀ ਵੀ ਕਹਿੰਦੇ ਕਬੱਡੀ ਉਹ ਬਾਲਤਾ ਇੱਕ ਦੇ ਵੀਵਾ ਉਹ ਬੱਲੇ 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 ਉਹ ਰੁਪਿੰਦਰਾ ਤੇਰੀ ਗੱਗੀ ਗੱਗੀ ਲਾਈ ਆ ਉਹ ਤੇਰਾ ਗੱਗੀ ਟੰਗਤਾ ਉਹ ਤੇਰਾ ਗੱਗੀ ਫੜ ਲਿਆ ਪੰਗੜੇ ਪੈ ਗਏ ਆ ਬਾਤ ਹੈ ਸਰਦਾਰ ਗੁਰਮੁਖ ਸਿੰਘ ਜੀ ਬਲੇਰ ਸਾਹਿਬ ਸਿਆਸੀ ਸਕੱਤਰ ਨੇ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋਂ ਦੇ ਉਹਨਾਂ ਵੱਲੋਂ ਅਰਸ਼ ਦਾ ਹਰ ਇੱਕ ਜੱਫਾ 500 ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਪਰ ਇਧਰ ਮੁੰਡੇ ਨੇ ਕਹਿੰਦੇ ਸਵਾਦ ਲਿਆ ਦਿੱਤਾ ਹੈ ਆ ਕਮਾਲੀਏ ਜੱਗੂ ਨੇ ਗੱਗੀ ਦੀਆਂ ਅਗਲੀਆਂ 3 ਕਬੱਡੀਆਂ ਪ੍ਰਵੀਨ ਕੈਨੇਡਾ ਮਲਵਈ ਗੁਰਪ੍ਰੀਤ ਕੈਨੇਡਾ ਕਾਰਵੀਰ ਕੱਦੂ ਕਾਰਵਿੰਦਰ ਕੱਦੂ USA ਤੇ ਸ਼ੇਰਾ ਸਰਪੰਚ ਮੱਲੀਆਂ 1100 ਦੀਆਂ ਪਹਿਣਗੀਆਂ ਮੇਰੇ ਵੀਰੋ ਇਸ ਤੋਂ ਬਾਅਦ 3 ਕਬੱਡੀਆਂ ਇਧਰ ਕਹਿੰਦੇ ਸ਼ੰਮਾ ਕਬੂਤਰ ਹੈ ਵੱਡੀ ਜ਼ਿੰਮੇਵਾਰੀ ਹੈ ਤਕੜੀ ਕਬੱਡੀ ਖੇਡਿਆ ਚਾਹੇ ਉਹ ਪਾਕਿਸਤਾਨ ਦੇ ਵਿਰੁੱਧ ਹੋਵੇ ਆਓ ਸਾਹਮਣੇ ਕਬੱਡੀ ਇੱਕ ਪਾਸੇ ਲੱਖਾ ਟੰਡੋਲੀ ਪਿੰਡ ਵਾਲਾ ਤੇ ਦੂਜੇ ਪਾਸੇ ਕਹਿੰਦੇ ਗੋਪੀ ਕੈਰੋਂ ਵਾਲਾ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਹੈ ਪੁਆਇੰਟ ਇਸ ਲਈ ਕੈਰੋਂ ਵਾਲਾ ਗੋਪੀ ਬਾਬਾ ਲਖਵੀਰ ਸਿੰਘ ਕਬੱਡੀ ਕਲੱਬ ਘਰਿਆਲੇ ਦੀ ਟੀਮ ਦੇ ਹਿੱਸੇ ਹੈ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਮਹਾਪੁਰਸ਼ਾਂ ਦੀ ਬਹੁਤ ਵੱਡੀ ਦੇਣ ਹੈ ਮੇਰੇ ਵੀਰੋ ਅੱਜ ਦੇ ਇਸ ਖੇਡ ਮੇਲੇ ਦੇ ਲਈ ਬਾਬਾ ਗੁਰਬਚਨ ਸਿੰਘ ਜੀ ਦੇ ਬਹੁਤ ਵੱਡੇ ਆਸ਼ੀਰਵਾਦ ਨੇ ਪਰ ਗਰਾਊਂਡ ਦੇ ਵਿੱਚ ਰਸ਼ ਜਿਹੜਾ ਜ਼ਿਆਦਾ ਹੋ ਗਿਆ ਆਓ ਸਾਹਮਣੇ ਆ ਮੈਚ ਰੋਕ ਲਿਓ ਇਦਾਂ ਯਾਰ ਸਵਾਦ ਬਾਈ ਤੁਹਾਨੂੰ ਕਬੱਡੀ ਦਿਸਦੀ ਇੱਧਰ ਮਾੜਾ ਮਾੜਾ ਪਿੱਛੇ ਨੂੰ ਅੜ ਜਾਓ ਵੀਰ ਜੀ ਕਿਰਪਾ ਕਰਕੇ ਕਿਉਂਕਿ ਹੌਲੇ ਦਾ ਸਰਜੂ ਜੇ ਗੱਗੀ ਵਰਗਾ ਉੱਤੇ ਡਿੱਗ ਪਿਆ ਨਾ ਤੁਸੀਂ ਕਿਸੇ ਨੂੰ ਕੋਈ ਦੱਸਣ ਜੋਗੇ ਹੋ ਕਰਦਿਆਂ ਨੇ ਵੀ ਨਹੀਂ ਮੰਨਣਾ ਵੀ ਬੰਦੇ ਤੇ ਬੰਦਾ ਡਿੱਗਿਆ ਇੰਨੀ ਸੱਟ ਉਹ ਕੰਮ ਦੀ ਰੋਤਾ ਦੇਖੋ ਕਿਤੇ ਕੁਝ 5-7 ਖੋਖੇ ਰੇੜ ਤੇ ਉਹ ਕੰਮ ਨਾ ਹੋ ਜੇ ਕੰਮ ਦੀ ਰੋਤਾ ਧਰਨਿਆਂ ਦੀ ਰੋਤਾ ਹੈ ਆਓ ਸਾਹਮਣੇ ਕਹਿੰਦੇ ਕਬੱਡੀ ਗੇਗਣ ਦੀ ਪੈ ਰਹੀ ਹੈ ਧਰਨਿਆਂ ਤੇ ਵੀ ਜਾਣਾ ਸਾਰਿਆਂ ਨੇ ਮੇਰੇ ਵੀਰੋ ਦਿੱਲੀ ਚੱਲਾਂਗੇ ਦਿੱਲੀ ਚੱਲਾਂਗੇ ਚਾਹ ਜਿਆ ਚੜਦਾ ਦਿੱਲੀ ਚੱਲਾਂਗੇ ਚਾਹ ਜਿਆ ਚੜਦਾ ਉਹ ਲੱਖਾਂ ਟੰਡੋਲੀ ਦੇਖਾਂਗੇ ਕਿਹਨੂੰ ਫੜਦਾ ਕਿਹਨੂੰ ਫੜਦਾ ਆਓ ਚਾਹ ਜਿਆ ਚੜਦਾ ਹੈ ਮਹਾਂਪੁਰਸ਼ਾਂ ਦਾ ਮੇਲਾ ਹੈ ਇਧਰ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਦਿਲੋਂ ਧੰਨਵਾਦ ਹੈ ਸਾਡੇ ਸੁਰਜੀਤ ਭੁੱਲਰ ਜੀਆਂ ਦਾ ਹੈ ਸੁਰਜੀਤ ਭੁੱਲਰ ਜੀ ਇੱਕ ਵੱਡੀ ਸ਼ਖਸੀਅਤ ਹੈ ਜਦੋਂ ਗੁਰੂ ਘਰ ਦੀ ਗੱਲ ਕੀਤੀ ਹੈ ਤੇ ਗੁਰੂ ਘਰ ਦੀ ਗੱਲ ਕੀਤੀ ਹੈ ਜੇ ਪੰਜਾਬ ਦੀ ਜਵਾਨੀ ਦੀ ਗੱਲ ਕੀਤੀ ਹੈ ਤੇ ਪੰਜਾਬ ਦੀ ਜਵਾਨੀ ਦੀ ਗੱਲ ਕੀਤੀ ਹੈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਸੁਰਜੀਤ ਭੁੱਲਰ ਜੀ ਦੀਦਾਰ ਜੀ ਦਿਲੋਂ ਫੈਨ ਹੈ ਕੋਈ ਟਾਈਮ ਸੀ ਅੱਜ ਵੀ ਚੜ੍ਹਾਈ ਗੱਲਾਂ ਉਦੋਂ ਵੀ ਹੋ ਜਾਏ ਉਧਰ ਮਿੱਠੂ ਭੁੱਲਰ ਜੀ ਉਹਨਾਂ ਦੇ ਵੱਡੇ ਸਹਿਯੋਗ ਨੇ ਅੱਜ ਦੇ ਇਸ ਖੇਡ ਮੇਲੇ ਦੇ ਲਈ ਮੇਰੇ ਵੀਰੋ ਵੱਡੀ ਗੂੜੀ ਰਿਸ਼ਤੇਦਾਰੀ ਹੈ ਕਹਿੰਦੇ ਭਣੇਵੇਂ ਨੇ ਸੁਰਜੀਤ ਸਿੰਘ ਜੀ ਭੁੱਲਰ ਸਾਹਿਬ ਦੇ ਮਿੱਠੂ ਭੁੱਲਰ ਉਹਨਾਂ ਦਾ ਅੱਜ ਦੇ ਇਸ ਖੇਡ ਮੇਲੇ ਦੇ ਲਈ ਵੱਡਾ ਯੋਗਦਾਨ ਹੈ ਸੁਰ ਸਿੰਘ ਦੀ ਧਰਤੀ ਆਸਟ੍ਰੇਲੀਆ ਜਾ ਵਸੇ ਨੇ ਆਓ ਅੰਗਰੇਜ਼ ਕਬੱਡੀ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਹੈ ਜਾਫੀ 4 ਨੇ ਹੁਣ 4ਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰਦਾ ਹੈ ਲੈ ਵੀ ਸਾਹੋ ਕਿਆ ਵਾਲਿਆ ਇਹ ਖੀਰਾ ਵਾਲਿਆ ਪਰ ਦੂਜੇ ਪਾਸੇ ਜੱਗੂ ਮਾਨਸਾ ਜ਼ਿਲ੍ਹੇ ਦੇ ਕਹਿੰਦੇ ਹਾਕਮ ਵਾਲੇ ਪਿੰਡ ਦਾ ਜੰਪਲ ਬਰੇਟਿਆਂ ਦੇ ਲਾਗੇ ਬੁਢਲਾਡੇ ਦੇ ਲਾਗੇ ਮੁੰਡਾ 300-400 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆ ਪੁੱਜਿਆ ਫਾਟਕ ਕੋਟਕਪੂਰੇ ਵਾਲਾ ਬੰਦ ਕਰੂ ਬੰਦ ਕਰੂ ਬੱਲੇ 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 ਆਓ ਕਹਿੰਦੇ ਕਮਾਲ ਹੋ ਗਈ ਗਿੰਦਰ ਦੇ 3 ਜੱਫੇ ਹੋ ਗਏ ਆਏ ਗਿੰਦਰ ਦੇ 3 ਜੱਫੇ ਹੋ ਗਏ ਅਜਮੇਰ ਸਿੰਘ ਜੀ ਨਿਊਜ਼ੀਲੈਂਡ ਹੈਰੀ ਨਿਊਜ਼ੀਲੈਂਡ ਫੇਪਨ ਆਸਟ੍ਰੇਲੀਆ ਤੇ ਮਿੱਠੂ ਆਸਟ੍ਰੇਲੀਆ ਵੀਰ ਨੇ ਭਾਜੀ ਗਿੰਦਰ ਦੇ 3 ਹੋ ਗਏ ਧੰਨਵਾਦ ਹੈ ਉਧਰ ਮਿੱਠੂ ਪੱਟੀ ਵਾਲਾ ਵੀਰ ਹੈ ਸਾਡਾ ਇਧਰ ਜਗਵੀਰ ਹੋਣੀ ਭਰਾ ਨੇ ਇਧਰ ਪਿੰਦਰ ਵੀਰ ਹੋਣੀ ਬੈਠੇ ਹੋਏ ਆ ਦਿਲੋਂ ਧੰਨਵਾਦ ਹੈ ਅਮਰੀਕ ਮਹਾਂਪੁਰਸ਼ ਖੁਸ਼ ਨੇ ਵੀ ਜਿੰਨੀ ਮਿਹਨਤ ਸੰਗਤ ਨੇ ਕੀਤੀ ਆ ਨਾ ਔਰ ਉਹ ਜਿਹੜੀ ਰੰਗ ਲੈ ਆਈ ਹੈ ਮਹਾਂਪੁਰਸ਼ਾਂ ਦੇ ਚਿਹਰੇ ਦਾ ਨੂਰ ਦੱਸਦਾ ਵੀ ਮੇਰੇ ਵੀਰੋ ਮਹਾਂਪੁਰਸ਼ ਐਨ ਖੁਸ਼ ਨੇ ਜੇ ਮਹਾਂਪੁਰਸ਼ ਖੁਸ਼ ਨੇ ਤੇ ਸਮਝ ਲਓ ਵੀ ਸਾਰਾ ਮਾਝਾ ਹੀ ਖੁਸ਼ ਹੈ ਤੇ ਸਾਰਾ ਰੱਬ ਖੁਸ਼ ਹੈ ਜੇ ਮਹਾਂਪੁਰਸ਼ ਖੁਸ਼ ਹੈ ਤੇ ਰੱਬ ਖੁਸ਼ ਹੈ ਆਓ ਸਾਹਮਣੇ ਕਹਿੰਦੇ ਮਾਨ ਸਿੰਘ ਦੁਲਟ ਰੇਡ ਪਾਉਣ ਦੇ ਲਈ ਪਧਿਆ ਹੋਇਆ ਹੈ ਉਧਰ ਹੈਪੀ ਸਾਡਾ ਵੀਰ ਕਹਿੰਦਾ ਹੈ ਵੀ ਨਿਊਜ਼ੀਲੈਂਡ ਵਾਲੇ ਵੀਰਾਂ ਵੱਲੋਂ ਆਸਟ੍ਰੇਲੀਆ ਵਾਲੇ ਵੀਰਾਂ ਵੱਲੋਂ ਵੱਡੇ ਮਾਣ ਉਹ ਕਹਿੰਦੇ ਅਰਸ਼ 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 ਦੇ ਦੁਲਟ ਦੁਲਟ ਤੇ ਅਰਸ਼ ਉਹ ਬੱਲੇ 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 ਨਹੀਂ ਉਰੀਸਾ ਲੈ ਵੀ ਅਰਸ਼ ਜੇ ਅਗਲਾ ਜੱਫਾ ਲਾਵੇਂਗਾ ਤੇ ਬਾਬਾ ਕਰਨਵੀਰ ਸਿੰਘ ਜੀ ਕਹਿੰਦੇ ਵੀ 1000 ਕਰ ਦਿਓ
एक हजार अर्श ने एक जफे का मेरे वीरों किया जाना है, बड़े मान सम्मान होंगे, बड़ा धन्यवाद है। लै भी अमरवीर पूलिया वेख जरा इधर खेड मैदान गोरे वीर होना दा। एक पासे गोपी ते दूजे पासे रवि रवि ते कैरों वाला गोपी अज मक्खन मक्खी नहीं पुजा, थोड़ी सट महसूस कर रहा है। बलेरिए घुले वालों 500 रुपया अर्श के लिए बड़े मान सम्मान पुजा, विशेष तौर पर धन्यवाद करते हैं। जफे का कहने मान सम्मान होना है बाबा करवीर सिंह जी वालों 1100 है। और सामने वेखना भी इस वे पॉइंट जोड़ा है शीरा चक अली शेर वाला अपनी टीम दे लई जोड़ गया। आओ के तकड़ा नंबर जोड़ता लै भी काके पैसे ले जा जिंदर दे वीर लेके आ गया है। वो दीदार उनी वीर ने साडे विपन उनी वीर ने भरा कहते भी जनवरी दे विच वड्डा मेला होगा वीर वड्डा मेला कराउणगे मेहर करे परमात्मा दुनिया के स्टार खेडणगे उत्थे भी दीदार होनी अपने मित्रां नाल मिलके सब्बे देखी गए हैं। आओ सामने कहते कबड्डियां पै रही है आओ जफे लग रहे हैं आओ सामने कहने गगन जोगे वाली आ कल कोट बुढ़ा बटाले दे लागे शो मैच होना है 25 नवंबर कहने लाली होना दे पिंड सरदार करवान सिंह सिद्धू दे पिंड जसपाल होना दे पिंड दे विच मेरे वीरो बड़ियां रौनक लगनगियां नथू चक दे विच एक पासे नौजवान करदा कोशिश ते पॉइंट जिहड़ा है छन्ना वाला भूरी हल्के हल्के कदमां दे नाल वाधा होया अपनी टीम दे लई पॉइंट दा वाधा कर गया। लाओ दीप है कहिंदे दबुरजी वाला मेरे मित्रों इस वेले रेड पाउण दे लई वाध्या होया है। उधर सर साडे दिलबाग सिंह जी करियाणा साहब सुखा सरफकोट राम साडे राम कोच जी संदीप होनी वीर ने चारों पैरां दा चारों रैफरियां दा ओ दिलों धन्नवाद है। ओ जग्गू 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 ओ जग्गू 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 ओ जग्गू ने बल्ले बल्ले करवाती पर दीप ने बाली बल्ले बल्ले करवाती। आओ दीप ने पूरी बल्ले बल्ले करवा दी है मेरे वीरियो एन सिरा करवा दिता है सिरे की कबड्डी हो रही है। दुगाल की धरती है अर्शदीप सिंह लड्डू नाम है नरेंद्र राम बिट्टू दुगाल वाले का चंडिया होया खिडारी। आओ सामने चार ने लै भी अर्श तेरे एक जफे का 1500 है बाबा करणवीर सिंह जी वालों 1000 और दूजे पासे दुगाल वाला जिला पटियाले की धरती दुगाल पिंड बिट्टू ना खेडता हों लखा ना खेडता हों सरोवर ना खेडता अज दुनिया दे विच नहीं पहचान बननी सी। और सामने अगली रेड मेरे वीरो अगली कबड्डी नौजवान कैरों वाले गोपी दी पै चुकी है गग्गी दीआं 3 रेडां ते। हाँ मैं बेनती करूंगा बाद दे विच जिहड़े वीर खड़े है प्लीज एक साइड ते होके बैठ जाण बड़ी मेहरबानी होवेगी। अगली कबड्डी काला धूरकोट पिंड वाला जिले बरनाले दा रूड़े कहिंदे लागे कहिंदे धूरकोट पिंड है तवा मंडी दे लागे इस नौजवान दा मेरे वीरो इस वेले खेड मैदान दे विच कबड्डी पै चुकी है। अमृत औलख एक पासे गिंदर पूरे और सामने वेखदा भी पले पले पूरिया वाला कमाल। आओ गिंदर कहंदे अज मूते मारी तुरिया हुंदा है। उधर बड़े मान होणगे सरदार गुरमुख सिंह जी कुल्ला बलेर कैरो साहब दी सज्जी बाह है दिलों धन्नवाद है। वो कहंदे भी अर्श दे हर जफे दा 500 दित्ता जावेगा। साढ़े सरदार गुरमुख सिंह जी कुल्ला बलेर एक वड्डी शख्सियत है। इधर कहते रेड गगन भी पै गई है मेरे मित्रों चार जाफी प्यार ने और चारा दे विच कहते काजू रणीके वाला और सुगरूर तो और दूर तो और सुर सिंह दे विच और चल के आया मेरे मित्रों और बड़े मल भिड़दे और नंबर रेडर का घरे जाके कोई ये ना आखू भी मैं बस सौखियां ही पापियां अज वड्डे वड्डे रुपिंदरा कूड़ियां भी आए हैं वड्डे वड्डे अज कहने कूड़ियां ते आया क्योंकि महापुरशां ने प्लेयर पूरे पंजाब तो बुलाए है। अज मालवा खेड रहा है अज दुआबा खेड रहा है माझे की धरती से मैच चल रहे हैं। एक पासे अमृत औलख है गुरदासपुर की धरती का दुनिया का महान कबड्डी खिडारी और दूजे पासे कहने पूरी आओ मारदा धक्के आ देख कूड़िया ते जांदा आओ कूड़िया पे जांदे कूड़िया ते जांदे है। ਇਹ ਪ੍ਰੈਕਟੀਕਲ ਹੈ ਜੇ ਕਿਹਾ ਵੀ ਰੁਪਿੰਦਰ ਹੈ ਕਰਕੇ ਦਿਖਾਇਆ ਨਹੀਂ ਉਰੀਸਾ ਅਜਮੇਰ ਨਿਊਜ਼ੀਲੈਂਡ ਹੈਰੀ ਨਿਊਜ਼ੀਲੈਂਡ ਨਾਲ ਸਾਡੇ ਵਿਪਨ ਆਸਟ੍ਰੇਲੀਆ ਤੇ ਮਿੱਠੂ ਆਸਟ੍ਰੇਲੀਆ ਵੱਡੇ ਬਿਜ਼ਨਸ ਨੇ ਬੜੇ ਔਖੇ ਆ ਕੰਮ ਸੈੱਟ ਕਰਨੇ ਆਸਟ੍ਰੇਲੀਆ ਦੇ ਵਿੱਚ ਹੁਣ ਤਾਂ ਸੁਣਿਆ ਗੋਰਿਆਂ ਨੇ ਦਿਲਬਾਗ ਸਿੰਘ ਜੀ ਇਹ ਟੀਚ ਕਰਦੇ ਆ 12 ਸਾਲ ਲੱਗ ਜਾਂਦੇ ਆ ਉਹ ਪਾਸਪੋਰਟ ਤੇ ਕੰਗਾਰੂ ਬਿਠਾਉਣ ਦੇ ਲਈ ਉਹ ਬੱਲੇ ਬੱਲੇ ਨੰਬਰ ਰੇਡਰ ਦਾ ਪੇ ਬੋਲ ਵੀਰ ਨੇ ਚੱਲ ਵੀ ਨੌਜਵਾਨ ਹੈ ਸ਼ੀਰਿਆ ਪਾ ਵੀ ਗੱਭਰੂ ਅਰਸ਼ बाबा करणवीर सिंह जी वालों 1100 है नौजवान 1100 तेरे लिए होना है। एक जफा कहते पर सामने वेखना भी पॉइंट जोड़ा है यदा चंगा नहीं लगता जेडे मेरे वीर ग्राउंड के आ गए है हजे मैच समाप्त होया नहीं आपां नूं सैल्फियां दी ते आपां नूं फोटोआं दी पहला हो गई है।
ਭਰਾਓ ਤੁਸੀਂ ਵੀਰੋ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਗੁਰੂਆਂ ਦੀ ਸਾਡੇ ਮਹਾਂਪੁਰਸ਼ਾਂ ਦੀ ਸੰਗਤ ਹੋ ਔਰ ਸਾਨੂੰ ਹੁਕਮ ਨਹੀਂ ਆ ਵੀ ਅਸੀਂ ਤੁਹਾਨੂੰ ਉੱਚਾ ਬੋਲੀਏ ਪਰ ਕੀ ਕਰੀਏ ਮਜਬੂਰੀ ਹੈ ਮੈਚ ਸਮਾਪਤ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਨੰਬਰਾਂ ਦਾ ਲੇਖਾ ਜੋਖਾ ਜ਼ਰੂਰ ਹੋਵੇਗਾ 18 ਤਰੀਕ ਪੱਤਰੀ ਦੇ ਵਿੱਚ ਵੱਡਾ ਮੇਲਾ ਹੈ ਵੀ ਸ਼ੇਰਿਆ ਦੁੱਲਾ ਤੇ ਪਾਲਾ ਅਗਲੇ ਸਾਲ ਖੇਡਣਗੇ ਮਹਾਂਪੁਰਸ਼ਾਂ ਵੱਲੋਂ 34 ਦੜਵਾ ਤੇ ਸਾਡੇ 45 ਨੰਬਰ ਘਰਿਆਲਾ ਘਰਿਆਲਾ ਫਾਸਟ ਘਰਿਆਲਾ ਫਾਸਟ ਦੜਵਾ ਸੈਕਿੰਡ 18 ਨਵੰਬਰ ਵੱਡਾ ਮੇਲਾ ਜਿਹੜਾ ਪੱਧਰੀ ਪਿੰਡ ਦੇ ਵਿੱਚ ਹੋਵੇਗਾ ਆਪ ਸਭ ਨੂੰ ਸੱਦੇ ਨੇ ਇਹਦੇ ਨਾਲ ਹੀ ਸਾਡੇ ਵੀਰਾਂ ਦਾ ਧੰਨਵਾਦ ਹੈ ਗੁਰੂ ਘਰ ਦੀਆਂ ਸੰਗਤਾਂ ਦਾ ਧੰਨਵਾਦ ਜਗਵੀਰ ਹੋਣੀ ਸਾਡੇ ਵੀਰ ਨੇ ਧੰਨਵਾਦ ਹੈ ਜ਼ਿੰਦਗੀ ਦਾ ਮਾਣ ਨੇ ਸਾਊਂਡ ਵਾਲਾ ਵੀਰ ਮੈਕ ਲੈ ਜਾਵੇ ਕਿਰਪਾ ਕਰਕੇ ਅਗਲੇ ਸਾਲ ਕਹਿੰਦੇ ਦੁੱਲਾ ਬੱਗਿਆਂ ਵਾਲਾ ਤੇ ਪਾਲਾ ਜਲਾਲਪੁਰੀਆ ਵੀ ਇਸੇ ਟੂਰਨਾਮੈਂਟ ਤੇ ਮੇਰੇ ਵੀਰੇ ਖੇਡਣਗੇ।